ਨਾਮ ਮੁਹੰਮਦ ਨਮਾਨ ਕਯੂਮ ਤੁਸੀਂ ਦੇਖਦੇ ਪਏ ਹੋ ਗੰਦਾਰਾ ਹਿੰਦਕੋ ਟੀਵੀ ਸਭ ਤੋਂ ਪਹਿਲੇ ਅੱਜ ਦੀ ਖਬਰਾਂ ਦਾ ਖੁਲਾਸਾ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਕਿਹਾ ਕਿ ਮੁਲਕੀ ਮਈਸ਼ਤ ਨੂੰ ਦਲਦਲ ਚੋਂ ਨਿਕਾਲ ਸੀਆਂ ਰੁਪਿਆ ਡੈਬ ਜਾਂ ਡਾਲਰ ਦੀ ਕੀਮਤ 136 ਰੁਪਏ ਹੋ ਗਈ ਸਾਬਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਕਿਹਾ ਕਿ ਹਕੂਮਤ ਇੰਤਕਾਮੀ ਸਿਆਸਤ ਕਰਦੀ ਪਈ ਹੈ ਪਾਕਿਸਤਾਨ ਅਤੇ ਚੀਨ ਦੇ ਦਰਮਿਆਨ 20 ਕਰੋੜ ਡਾਲਰ ਦੇ ਮੁਆਹਦਿਆਂ ਦੇ ਦਸਤਖਤ ਵਜ਼ੀਰ ਆਲਾ ਖੈਬਰ ਪਖਤੂਨਖਵਾ ਮਹਿਮੂਦ ਖਾਨ ਨੇ ਕਿਹਾ ਕਿ ਬਿਊਰੋਕਰੇਸੀ ਨੂੰ ਸਿਆਸਤ ਸੀ ਆਜ਼ਾਦ ਕਰਨਾ ਇਮਰਾਨ ਖਾਨ ਦਾ ਵਿਜ਼ਨ ਹੈ ਹੁਣ ਖਬਰਾਂ ਦੀ ਤਫਸੀਲ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਹਕੂਮਤ ਨੂੰ ਨਵੀਂ ਮੁਆਸ਼ੀ ਪਾਲਿਸੀ ਅਤੇ ਆਵਾਮ ਅਤੇ ਪਾਰਲੀਮੈਂਟ ਨੂੰ ਇਤਮਾਦ ਲੈਣ ਦੀ ਹਦਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਸਾਬਕਾ ਹਕੂਮਤ ਦੀ ਗਲਤ ਪਾਲਿਸੀਆਂ ਦੇ ਮਨਫੀ ਨਤਾਈ ਸੀ ਆਵਾਮ ਨੂੰ ਆਗਾਹ ਕੀਤਾ ਜਾਵੇ ਨਵੀਂ ਹਕੂਮਤ ਦੇ ਚੈਲੇਂਜ ਸਾਬਕਾ ਹਕੂਮਤ ਸੀ ਜ਼ਿਆਦਾ ਹੋਣ ਇਹਨਾਂ ਚੈਲੇਂਜਾਂ ਸੇ ਨਿਮਟਣੇ ਵਾਸਤੇ ਮੁਸ਼ਕਿਲ ਫੈਸਲੇ ਕਰਨੇ ਪੈ ਸਕਣ ਪਾਕਿਸਤਾਨ ਦੀ ਤਰਫ ਸੀ ਇੰਟਰਨੈਸ਼ਨਲ ਮਾਨੀਟਰੀ ਫੰਡ IMF ਸੀ ਬੇਲ ਆਊਟ ਪੈਕੇਜ ਲੈਣ ਦੇ ਫੈਸਲੇ ਦੇ ਬਾਅਦ ਡਾਲਰ ਦੀ ਕੀਮਤ ਵਿੱਚ ਉਤਾਰ ਚੜਾਓ ਦੇਖਾ ਗਿਆ ਹੈ ਅਤੇ ਇੰਟਰ ਬੈਂਕ ਦੀ ਮਾਰਕੀਟ ਡਾਲਰ ਵਿੱਚ 136 ਤੱਕ ਪਹੁੰਚ ਗਿਆ ਹੈ ਇੰਟਰ ਬੈਂਕ ਮਾਰਕੀਟ ਵਿੱਚ ਟ੍ਰੇਡਿੰਗ ਦੇ ਆਗਾਜ਼ ਸੀ ਹੀ ਰੁਪਏ ਦੀ ਕਦਰ ਵਿੱਚ ਘਾਟਾ ਦੇਖਣਾ ਚਾਹਿਆ ਹੈ ਡਾਲਰ ਦੀ ਕੀਮਤ 11.70 ਰੁਪਏ ਇਜ਼ਾਫੇ ਦੇ ਨਾਲ ਤਾਰੀਖ ਦੀ ਬੁਲੰਦ ਤਰੀਨ ਸਤਹ ਤੱਕ ਪਹੁੰਚ ਗਈ ਪਾਕਿਸਤਾਨ ਅਤੇ ਚੀਨ ਦੇ ਦਰਮਿਆਨ 20 ਕਰੋੜ ਡਾਲਰ ਦੇ 11 ਮੁਆਹਦਿਆਂ ਦੇ ਦਸਤਖਤ ਕਰ ਦਿੱਤੇ ਗਏ ਇਹ ਦਸਤਖਤ ਚੀਨੀ ਖਰੀਦਦਾਰ ਕੰਪਨੀਆਂ ਦੇ ਵਫਦ ਦੇ ਦੌਰੇ ਪਾਕਿਸਤਾਨ ਦੇ ਮੌਕੇ ਤੇ ਕੀਤੇ ਗਏ ਸਾਬਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਕਿਹਾ ਕਿ ਹਕੂਮਤ ਇੰਤਕਾਮੀ ਸਿਆਸਤ ਕਰਦੀ ਪਈ ਹੈ ਨੈਬ ਸਮੇਤ ਪਰਵੇਜ਼ ਮੁਸ਼ਰਫ ਦੇ ਦੌਰ ਦੇ ਕਾਲੇ ਕਾਨੂੰਨ ਦਾ ਖਾਤਮਾ ਹੋਣਾ ਚਾਹੀਦਾ ਹੈ ਸਟਾਕ ਮਾਰਕੀਟ ਠੰਡੀ ਹੋ ਗਈ ਹੈ ਡਾਲਰ ਵੱਧਦਾ ਪਿਆ ਸ਼ਬਾ ਸ਼ਰੀਫ ਨੇ ਸੁਬਹ ਦੇਖੀ ਨਾ ਸ਼ਾਮ ਦਿਨ ਰਾਤ ਕੰਮ ਕੀਤਾ ਆਮਦਨ ਸੀ ਜ਼ਿਆਦਾ ਅਸਾਸੀਆਂ ਦੇ ਇਲਜ਼ਾਮ ਵਿੱਚ ਕੋਈ ਵੀ ਪਾਕਿਸਤਾਨੀ ਨਹੀਂ ਬਚ ਸਕਦਾ ਗਰੀਬ ਹੋਵੇ ਜਾਂ ਅਮੀਰ ਕੋਈ ਵੀ ਜਾਇਦਾਦ ਵੇਚ ਕੇ ਮੁਕੰਮਲ ਆਮਦਨ ਜ਼ਾਹਿਰ ਨਿਕਾਲ ਵਜ਼ੀਰ ਆਲਾ ਖੈਬਰ ਪਖਤੂਨਖਵਾ ਮਹਿਮੂਦ ਖਾਨ ਨੇ ਮਰਕਜ਼ੀ ਹਕੂਮਤ ਦੇ ਸਿਵਲ ਸਰਵਿਸ ਵਿੱਚ ਇਸਲਾਹਾਤ ਦੇ ਫੈਸਲੇ ਨੂੰ ਖੁਸ਼ਾਇਨ ਕਰਾਰ ਦਿੰਦੇ ਹੋਏ ਹਰ ਮੁਮਕਿਨ ਤਾਮੁਨ ਦਾ ਯਕੀਨ ਦਿਵਾਇਆ ਉਹਨਾਂ ਨੇ ਕਿਹਾ ਕਿ ਸਾਡੀ ਪਿਛਲੀ ਸੂਬਾਈ ਹਕੂਮਤ ਨੇ ਇਦਾਰਿਆਂ ਨੂੰ ਸਿਆਸੀ ਮੁਦਾਖਲਤ ਸੀ ਆਜ਼ਾਦ ਕਰਨ ਵਾਸਤੇ ਖਾਤਰ ਖੁਆ ਇਕਦਾਮਾਤ ਕੀਤੇ ਜਿਨ੍ਹਾਂ ਮਹਿਕਮਿਆਂ ਦਾ ਸਰਵਿਸ ਸਟਰਕਚਰ ਨਹੀਂ ਆਇਆ ਉਹਨਾਂ ਨੂੰ ਸਰਵਿਸ ਸਟਰਕਚਰ ਦਿੱਤਾ ਬਿਊਰੋਕਰੇਸੀ ਨੂੰ ਆਜ਼ਾਦ ਕਰਨਾ ਇਮਰਾਨ ਖਾਨ ਦਾ ਵਿਜ਼ਨ ਹੈ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਮੁੱਕ ਗਈਆਂ ਨਵੀਂ ਖਬਰਾਂ ਨਾਲ ਕੱਲ੍ਹ ਹਾਜ਼ਰ ਹੋਸੀਆਂ ਅੱਲਾਹ ਹਾਫਿਜ਼